ਆ ਕੰਦੇ ਨਾਲ ਸਾਡੇ ਸੈਕਟਰ ਲੰਦਨ ਦੇ ਸਾਰਿਆਂ ਦਾ ਧਿਆਨ ਚਲੀ ਜਾਂਦਾ ਹੈ ਨਾ ਬਦੋ ਬਦੀ ਪੂਰਾ ਇੰਟਰਸਟ ਬਣਾਤਾ ਕਰਤੀ ਹੋਈ ਗੱਲ ਹੈ ਇਹਦਾ ਦੋਦਾ ਨਹੀਂ ਕਿਤੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਸਾਰੇ ਪਿਛਲੇ ਵਲੋਗ ਜਿਵੇਂ ਤੁਸੀਂ ਦੇਖੇ ਕੱਲ੍ਹ ਰਾਤ ਅਸੀਂ ਪੀਲੀਭੀਤ ਪਹੁੰਚ ਗਏ ਸੀ ਅਤੇ ਰੋਇਲ ਗੜ੍ਹ ਨੂੰ ਸਟੇਅ ਕੀਤਾ ਦੁਬਾਰਾ ਅਤੇ ਹੁਣ ਯੂਪੀ ਦੁਬਾਰਾ ਕਿਉਂ ਆਇਆ ਵਾਂ ਕਿਉਂਕਿ ਹਿੰਮਤ ਸੰਧੂ ਵੀਰੇ ਦਾ ਪਿੰਡ ਵੀ ਇੱਥੇ ਲੱਗ ਗਈ ਇੱਥੋਂ 2 ਘੰਟੇ ਦਾ ਸਫ਼ਰ ਆ ਅਤੇ ਬਾਈ ਨੇ ਇਨਵਾਈਟ ਕੀਤਾ ਸੀ ਆਪਣੇ ਘਰ ਕਿ ਆਓ ਘਰ ਆਪਾਂ ਮਿਲਦੇ ਹਾਂ ਗੱਲਬਾਤਾਂ ਕਰਦੇ ਹਾਂ ਸੋ ਤਾਂ ਕਰਕੇ ਯੂਪੀ ਦੁਬਾਰਾ ਆਇਆ ਜੀ ਵੈਲਕਮ ਮੇਰੇ ਚੈਨਲ ਗਾਇਸ ਆਈ ਹੋਪ ਤੁਸੀਂ ਘੈਂਟ ਵੈਸਟ ਆ ਹਿੰਮਤ ਵੀਰੇ ਨੇ ਲੋਕੇਸ਼ਨ ਭੇਜਤੀ ਅਤੇ ਗੂਗਲ ਮੈਪ 'ਤੇ ਵੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਸਾਨੂੰ 2.5 ਘੰਟੇ ਲੱਗਣੇ ਆ ਟਾਈਮ 10:10 ਹੋ ਗਏ ਆ 12:30 ਦਾ ਕਰਾਰ ਕੀਤਾ ਸੀ ਵੀਰੇ ਨੂੰ ਕਿ 12:30 ਅਸੀਂ ਪੂਰੇ ਪਹੁੰਚ ਜਾਵਾਂਗੇ ਅਤੇ ਹੁਣ ਆਪਾਂ ਚੈੱਕਆਊਟ ਕਰ ਲਿਆ ਵਾ ਅਤੇ ਮੌਸਮ ਵੀ ਖਰਾਬ ਹੋ ਗਿਆ ਵਾ ਬਾਰਿਸ਼ ਪੈ ਰਹੀ ਆ ਚਲੋ ਚੱਲਦੇ ਆ ਵਲੋਗ ਕਾਫੀ ਵਧੀਆ ਹੋਣ ਵਾਲਾ ਪਿਛਲੇ ਤੁਹਾਨੂੰ ਕਿਹਾ ਸੀ ਨਾ ਯਾਰ ਵਲੋਗ ਵਧੀਆ ਹੋਣ ਵਾਲਾ ਸੋ ਜਾ ਕੇ ਆਪਾਂ ਹਿੰਮਤ ਸੰਧੂ ਬਾਈ ਦੇ ਘਰ ਤੁਹਾਨੂੰ ਸਾਰਾ ਮਾਹੌਲ ਚਾਲ ਦਿਖਾਉਂਦੇ ਹਾਂ ਗੱਲਬਾਤਾਂ ਕਰਦੇ ਹਾਂ ਸੋ ਜੁੜੇ ਰਹੋ ਦੇਖਦੇ ਰਹੋ ਸੋ ਚਲੋ ਨਿਕਲਦੇ ਹਾਂ ਸੋ ਫਾਈਨਲੀ ਪਹੁੰਚ ਚੁੱਕੇ ਨਹੀਂ ਅਸੀਂ ਹਿੰਮਤ ਬਾਈ ਦੇ ਘਰ ਰਸਤਾ ਆ ਪਿੱਛੇ 15 ਮਿੰਟ ਦਾ ਬੜਾ ਖਰਾਬ ਸੀ ਹੁਣ ਬਾਈ ਕੋਲ ਆਇਆ ਸਾਨੂੰ 1/2 ਘੰਟਾ ਹੋ ਗਿਆ ਵਾ ਪਾਣੀ ਪੁਣੀ ਪੀਤਾ ਵਾ ਠੰਡਾ ਠੁੰਡਾ ਹੁਣ ਬਾਹਰਲੀ ਸਾਈਡ ਆਏ ਹਾਂ ਅੱਛਾ ਸਾਰੀ ਆਪਣੀ ਜਗ੍ਹਾ ਇੱਧਰਲੀ ਸਾਈਡ ਅੱਗੇ ਤਾਇਆ ਜੀ ਹੁਣ ਸਾਰਾ ਆਪਣਾ ਹੀ ਹੈ ਮਤਲਬ ਉੱਧਰ ਤਾਇਆ ਜੀ ਹੁਣ ਅੱਛਾ ਸਾਰੀ ਆਪਣੀ ਉਹ ਕੀ ਲੱਗਾ ਗੰਨਾ ਲੱਗਾ ਹੈਲੋ ਡੋਗੀ ਕਿੱਥੇ ਆ ਕੀ ਨਾਮ ਆ ਰੂਸੀ ਰੁਚੀ ਤੇ ਰੂਸੀ ਰੂਸੀ ਗੁੱਚੀ ਆ ਗੁੱਚੀ ਆ ਰੂਸੀ ਆ ਗੁੱਚੀ ਆ ਬੈਠਾ ਵਧੀਆ ਲੱਗਦਾ ਘਰੇ ਆ ਘਰੇ ਉਹ ਡਰਦੀ ਆ ਪਤਾ ਨਹੀਂ ਨਾ ਬੜਾ ਘੈਂਟ ਰੱਖੇ ਹੋ ਰਾਜਵੀ ਕਿੱਦਾਂ ਠੀਕ ਆ ਗੁੱਚੀ ਉਹਦਾ ਉਹ ਕਿਉਂ ਰੁਚੀ ਹੈ ਲਾਗੇ ਜਾਓ ਲੱਗੂ ਪਤਾ ਹੁਣ ਪਛਾਣ ਲਿਆ ਬੇਦੇ ਨੂੰ ਮੁਬਾਰਕ ਹੁਣ ਆਪਾਂ ਆਏ ਜੀ ਉੱਪਰਲੀ ਸਾਈਡ ਲੰਚ ਕਰਨ ਲੱਗੇ ਬ੍ਰੇਕਫਾਸਟ ਕੀਤਾ ਜੀ ਮੈਂ ਚਾਹ ਕਾਫੀ ਪੀਤੀ ਚਾਹ ਸ਼ਾਹੀ ਅਸੀਂ ਵੀ ਚਾਹ ਕਾਫੀ ਪੀਤੀ ਆ ਆਓ ਬੈਠੋ ਆਲੋ ਬੈਠੋ ਬੈਠੋ ਰੋਟੀ ਖਾਣੀ ਆ ਆਹ ਤੇ ਖਾ ਲਓ ਖੀਰੇ ਤੇ ਖਾ ਲਓ ਨਹੀਂ ਖਾਣਾ ਅੱਛਾ ਦਹੀਂ ਖਾਂਦੀ ਆ ਇਹਦੇ ਕਰਕੇ ਅਸੀਸ ਕਰਕੇ ਦੇਖ ਲਓ ਹਿੰਮਤ ਵੀਰੇ ਨੂੰ ਵੀ ਆ ਕਾਰਟੂਨ ਦੇਖਣੇ ਪੈਂਦੇ ਮੈਨੂੰ ਨਾਂ ਯਾਦ ਹੋ ਗਏ ਸਾਰਿਆਂ ਦਾ ਟਪ ਟਪ ਟਪ
ਕਾਟ ਮਾਰੀ ਇੰਨੀ ਹੱਥ ਪਏ ਹੈਗੀ ਦੇਖ ਲਓ ਰੋਟੀ ਖਾਂਦੇ ਖਾਂਦੇ ਵੀ ਧਿਆਨ ਚਲੀ ਜਾਂਦਾ ਹੈ ਨਾ ਬਦੋ ਬਦੀ ਪੂਰਾ ਇੰਟਰਸਟ ਬਣਾਤਾ हुण लंच कर लिया हो जी। लंच तो बाद सेवियां यार रोटी नहीं स्वाद ही ना आलू बैंगन ही। आलू बैंगन वैसे मैं खाना नहीं हाँ पर बड़े स्वाद ही खाधे गए। भाई दे घर हले कम चल रहा है यार ता करके सारी उथल पुथल हुई है। ਇੱਥੇ ਆਪਾਂ ਕਰਾਂਗੇ ਪੋਡਕਾਸਟ। ਸੋ ਪੋਡਕਾਸਟ ਆਊਗਾ ਅਗਲਾ 30-40 ਮਿੰਟ ਦੀਆਂ ਅਨਫਿਲਟਰਡ ਗੱਲਾਂ ਕਰਨੀਆਂ ਆਪਾਂ। ਠੀਕ ਵੀਰੇ ਮੈਂ ਨਾ ਫਿਲਟਰ ਲਾਉਂਦੀ ਆਪਾਂ ਕੱਟ ਕੋਈ ਲੋੜ ਨਹੀਂ ਆ। ਮੈਂ ਸਨੈਪਚੈਟ ਤੇ ਨਹੀਂ ਕਦੀ ਫਿਲਟਰ ਲਾਇਆ ਸੱਚੀ ਵੀ ਲਾਇਆ। ਅੱਛਾ ਇੱਥੇ ਆ ਸੜ ਫੁੜ ਕਰ ਲੰਗੇ ਮਾਈ ਵੀ ਲੈ ਕੇ ਆਏ ਆ ਤੇ ਮੌਸਮ ਵੀ ਸਹੀ ਹੋ ਗਿਆ ਯਾਰ ਪਹਿਲਾਂ ਤਾਂ ਬੜੀ ਗਰਮੀ ਸੀ। ਇੱਥੇ ਆਇਆ ਦੇਖ ਲਓ ਇੱਥੇ ਹੀ ਬੱਤੀ ਦਾ ਕੱਟ ਲੱਗ ਗਿਆ। ਅੰਮ੍ਰਿਤਸਰ ਜਦੋਂ ਵਾਪਸ ਗਿਆ ਸੀ ਘਰ ਉੱਥੇ ਵੀ 3-4 ਦਿਨ ਬੱਤੀ ਦਾ ਕੱਟ ਲੱਗਾ ਰਿਹਾ ਤੇ ਇੱਥੇ ਬਿਲਾਸਪੁਰ ਪਹੁੰਚਿਆ ਉੱਥੇ ਬੱਤੀ ਦਾ ਕੱਟ ਲੱਗਾ ਰਿਹਾ। ਜਿੱਥੇ ਜਾਂਦਾ ਯਾਰ ਬੱਤੀ ਚਲ ਜਾਂਦੀ ਜੇ ਫਿਰ ਇੱਕ ਦਿਨ ਮੈਂ ਇਹਦੇ ਪਿੰਜਰੇ 'ਚ ਵੜ ਗਿਆ ਤੇ ਮੈਂ ਮੂੰਹ ਦਾ ਹੱਥ ਦਿੱਤਾ ਮੈਂ ਕਿਹਾ ਕਰ ਹੁਣ ਦਿਓ ਕਰਨਾ। ਇੱਕ ਘੰਟਾ ਹੋ ਗਿਆ ਜੀ ਪੋਡਕਾਸਟ ਸਾਡਾ ਡਨ ਹੋ ਗਿਆ। ਪੋਡਕਾਸਟ ਬਹੁਤ ਹੀ ਵਧੀਆ ਗਿਆ ਯਾਰ। ਇਹ ਹੁਣ ਇਹ ਵਲੋਗ ਤੋਂ ਅਗਲਾ ਉਹ ਆਊਗਾ। ਚੋਕਲੇਟ ਖਾ ਲਈ ਆ ਹੱਥ ਸਾਰੇ ਗੰਦੇ ਕਰ ਲਏ ਕੰਧ ਤੇ ਲਾਇਆ ਫਿਰ ਇੱਥੇ ਲਾਇਆ ਹੁਣ ਉਧਰ ਹੁਣ ਬਾਪੂ ਨਾਨਾ ਹੁਣਾਂ ਵੀ ਇੱਥੇ ਰਹਿਣ ਦਿਓ। ਚਾਰ ਵਾਰੀ ਗੇਟ ਚੇਂਜ ਕੀਤਾ ਠੀਕ ਆ ਮਲੇ ਲੱਗ ਬਨੇ ਆ ਪਿਛਲੀ ਵੀ ਪਹਿਲੀ ਤੁਹਾਡੀ ਆਪਣੀ ਹਨਾ ਇਹ ਵੀ ਆਪਣੀ ਇਹ ਸੜਕ ਜਾਂਦੀ ਹੈ ਕਿਤੇ ਉਹ ਜਿੱਥੇ ਵੱਟਦੀ ਹੈ ਨਾ ਉਹ ਕੱਚਾ ਰਾਹ ਵਾ। ਅੱਛਾ ਅੱਛਾ ਉਹ ਗੁਰੂ ਘਰ ਆਪਣਾ ਉੱਥੇ ਸਾਹਮਣੇ। ਅੱਛਾ ਸਾਹਮਣੇ ਗੁਰਦੁਆਰਾ ਸਾਹਿਬ ਹਾਂ ਠੀਕ ਉਹ ਪਿੱਛੇ ਆ ਪੇੜਾਂ ਦੇ ਪਿੱਛੇ ਆੜੇ ਅੰਬ ਲੱਗੇ ਹਨਾ। ਹਾਂਜੀ ਹਾਂਜੀ ਇਥੋਂ ਤੱਕ ਵੇੜਾ ਹੁੰਦਾ। ਅੱਛਾ ਸਾਰਾ ਵੇੜਾ ਹੁੰਦਾ ਸੀ ਹੁਣ ਮੀਂਹ ਆ ਗਿਆ ਪਹਿਲੀ ਚੱਲ ਤੋ ਚੱਲ ਆ ਪੁੱਤ ਧੁੱਲ ਧੁੱਲ ਦੋਵੇਂ ਤੋ ਇਹ ਹੋ ਗਿਆ ਹੋ ਗਿਆ ਬਸ ਬਸ ਕੇ ਅਰੇ ਪੱਜੇ ਪੱਜੇ ਆ ਜਾਓ ਆ ਜਾਓ ਪੂਰੇ ਟਾਈਮ ਤੇ ਮੀਂਹ ਆਇਆ ਰੱਬ ਵੀ ਡੀਕਨ ਦਿਆ ਹੈ ਜੀ ਉੱਠੋ ਯਾਰ ਓਏ ਕੋਈ ਦੂਸੀ ਆ ਜਾ ਘਰੇ ਆ ਜਾ ਵਿੱਚ ਕੰਗਰੀ ਰੱਬ ਨੇ ਇਹ ਚਿੱਟੇ ਦੇ ਬਾਤ ਕਰੋ ਦੇ ਦੇ ਨਹੀਂ ਪੂਰਾ ਨਕਾਇਆ ਫੇਰ ਹੁਣ ਮੀਂਹ ਸ਼ੁਰੂ ਹੋ ਗਿਆ ਵਾ ਅਤੇ ਹਿੰਮਤ ਬਾਈ ਆਪਣੀ ਰੂਬੀ ਕੌਂਤ ਲੈ ਕੇ ਚੱਲੇ ਸਾਨੂੰ ਥੋੜ੍ਹਾ ਪਿੰਡ ਘੁੰਮਣ ਵਾਸਤੇ ਕੁਛ ਖਾ ਵੀ ਕੇ ਆਉਂਦੇ ਹਾਂ। ਚਲੋ ਜਿਹੜੀ ਸੜਕ ਦੀ ਗੱਲ ਕਰਨੇ ਆਪਾਂ ਹਾਂ ਵਾਹ ਗੰਦੀ ਸੜਕ ਇਹ ਕਿੰਨਾ ਹੈਗਾ 10-15 ਕਿਲੋਮੀਟਰ ਦਾ ਹਨਾ ਪੈਚ ਇਹ ਹੈਗਾ ਵਾ ਪੂਰਾ ਉਹ 6 ਹੈ ਨੂੰ ਤੇ 21 ਹੈ ਨੂੰ। ਅੱਛਾ 6 ਅੱਗੇ ਨੂੰ 21 ਪਿੱਛੇ ਨੂੰ ਏਦਾਂ ਦੀ ਸੜਕ ਆ ਸੇਮ ਸਿਰਫ ਇੱਕ ਹੀ ਪੈਟਰੋਲ ਪੰਪ ਆ ਕਿੰਨੇ ਮਜ਼ੇ ਆ ਗਏ ਕਹਿੰਦੇ ਵੀਡੀਓ ਬਣਾਓ ਬਣਾਓ ਅੱਛਾ ਵੀਡੀਓ ਬਣਾਓ ਮੰਨਦੇ ਗਾਣਾ ਸ਼ੂਟ ਕਰੋ ਅੱਜ ਬਣ ਗਈ ਉਹਦੀ ਵੀਡੀਓ ਫਿਰ ਜਿਹੜਾ ਥੱਲੇ ਕਰੇ ਆ ਵਾ ਨਾ ਇੱਥੇ ਆ ਬਾਬਾ ਇਹ ਗਾਣਾ ਵੀਰ ਜੀ ਬਣਾਇਆ ਰਿਹਾ ਕਿਹੜਾ ਆਪਣਾ ਕਿਹਾ ਮੈਂ ਆਖਿਆ ਸੀ ਨਾ ਕਹੂਗਾ ਹਰ ਵਾਰੀ ਕਹਿੰਦਾ ਵਾ ਇਹ ਗਾਣਾ ਵੀਰ ਜੀ ਹਾਂ ਬਣਾਓ ਬਣੇਗਾ ਬਣੇਗਾ ਪੱਕਾ ਬਣੇਗਾ ਕਹਾਂ ਪੇ ਯਹਾਂ ਪੈਟਰੋਲ ਪੰਪ ਪੇ ਹਾਂ ਹਾਂ ਬਣਾ ਪੰਪ ਪੇ ਛੋਟੀ ਮੋਟੀ ਲੋਡ ਕਰਾ ਆਈ ਜਾਏ ਕੁਛ ਹੈ ਆਪਣਾ ਆਈ ਜਾਏ ਬਣਾਏਗੇ ਹਾਂ ਬਣਾਏਗਾ ਪੱਕਾ ਬਣੇਗਾ ਸਭ ਲੋਕਾਂ ਨੇ ਕਰ ਲੈਵਾ ਵਿੱਚਮ ਹਾਂ ਪਿੱਛੇ ਖੜੇ ਖੜੇ ਇਸੇ ਇਸੇ ਹੈ ਕੀ ਗੋਰੀ ਉਰੀ ਕੋਈ ਲੈ ਆਏ ਗੋਰੀ ਨਾ ਲਾਈ ਜਾਏ ਗੋਰੀ ਲੈ ਆ ਗਈ ਕੋਈ ਗੱਲ ਨਾ ਕਰਦੇ ਕਰਤੀ ਹੋਈ ਗੱਲ ਗੋਰੀ ਤੇ ਵੇਖਣੀ ਉਹਨਾਂ ਨੇ ਗਾਣੇ ਦੇ ਭਾਨੇ ਯਾਰ ਜਿੱਥੇ ਜਾਈਏ ਮੀਂਹ ਤੇ ਲੈ ਕੇ ਜਾਈਦਾ ਹਨਾ ਇੱਕ ਮੀਂਹ ਤੇ ਇੱਕ ਬੱਤੀ ਮੇਰੀ ਬੱਤੀ ਚੱਲ ਜਾਂਦੀ ਜਿੱਥੇ ਜਾਈਏ Thank you.
ਟਾਈਮ ਪਹਿਲਾਂ ਤੋਂ ਬਣਾਉਣ ਲੱਗ ਜਾਂਦੇ ਇਹਨਾਂ ਚੀਜ਼ਾਂ ਨੂੰ। ਅੱਛਾ ਬਾਅਦ ਵਿੱਚ ਉਹੀ ਇੱਥੇ ਆ ਕੇ ਜਿਵੇਂ ਇਹਨਾਂ ਨੇ ਗੱਡਤਾ ਵਾ। ਨਹੀਂ ਇਹ ਗੱਡਿਆ ਨਹੀਂ ਹੈ। ਅੱਛਾ ਇਹਨੂੰ ਲੈ ਕੇ ਜਾਣਾ। ਨਹੀਂ ਗੱਡਦੇ ਜਿਵੇਂ ਲਾਈਕ ਸਾਰਾ ਇਹਨਾਂ ਨੇ ਤੋੜ ਕੇ ਉਹਨੂੰ ਜ਼ਮੀਨ ਦੇ ਵਿੱਚ ਦੱਬ ਦੇਣਾ। ਅੱਛਾ ਜਾਂ ਦਫਨਾ ਦਿੰਦੇ ਇਸ ਚੀਜ਼ ਨੂੰ। ਇਹ ਮਤਲਬ ਇਹਨਾਂ ਦਾ ਕਲਚਰ ਤਿਉਹਾਰ ਹੈ ਕਿ ਇਹਨਾਂ ਦਾ ਮੁਸਲਮਾਨਾਂ ਦਾ। ਮੈਂ ਤਾਂ ਆਲਮੋਸਟ ਹੁਣ ਰੋਡਾਂ ਰਾਡਾਂ ਬਣ ਹੀ ਗਈਆਂ ਹੁਣ ਥੋੜ੍ਹਾ ਜਿਹਾ ਠੀਕ ਆ। ਬਸ ਤੁਹਾਡੇ ਵੱਲ ਹੀ ਰਹਿ ਗਈ ਆ। ਪਹਿਲੀ ਵਾਰੀ ਆਇਆ ਰਾਹ ਦੇ ਮੈਨੂੰ ਹੁਣ ਪਤਾ ਲੱਗਾ ਕਿ ਆਹ ਬਣ ਗਿਆ। ਇੱਧਰ ਸਕੂਲ ਹੈ ਤੁਹਾਡਾ? ਇੱਧਰ ਹਾਂ ਸਕੂਲ ਆ। ਠੀਕ ਹੈ ਆ ਜਾਂਦਾ ਤੇਜ਼ਾ ਜੀ। ਹੁਣ ਅਸੀਂ ਨਾ ਬਾਈ ਦਾ ਸਕੂਲ ਦੇਖਣ ਜਾ ਰਹੇ। ਬਾਈ ਕਹਿੰਦਾ ਚਲੋ ਤੁਹਾਨੂੰ ਆਪਣਾ ਸਕੂਲ ਦਿਖਾਈ ਲੈਂਦਾ ਵਾ ਜਿੱਥੋਂ ਆਪਾਂ ਘਰੋਂ ਸਾਈਕਲ ਚਲਾ ਕੇ ਸਕੂਲ ਤੱਕ ਜਾਂਦੇ ਹੁੰਦੇ ਸੀ। 2 ਸਾਲ ਗਿਆ ਮੈਂ ਐਂਡ ਵਾਲੇ ਸਾਈਕਲ 'ਤੇ। ਕਿਹੜੀ ਕਲਾਸ? 9ਵੀਂ 10ਵੀਂ ਦੇ ਵਿੱਚ। ਠੀਕ ਹੈ ਹੁਣ ਉੱਥੋਂ ਬਾਈ ਜੀ ਗਏ ਆ ਸਮੋਸੇ ਲੈਣ ਵਾਸਤੇ। ਉੱਥੇ ਜਾ ਕੇ ਸਮੋਸੇ ਖਾਵਾਂਗੇ ਕਿਉਂਕਿ ਮੌਸਮ ਸਮੋਸਿਆਂ ਵਾਲਾ ਹੋ ਗਿਆ ਵਾ। ਜਿੱਦਾਂ ਨਹੀਂ ਵੀ ਲੱਗਦਾ ਹੁੰਦਾ ਛੁੱਟੀ ਵਾਲੇ ਦਿਨ ਵੀ ਇੱਥੇ ਆ ਕੇ ਖੇਡੀ ਜਾਣਾ ਗਰਾਊਂਡ ਦੇ ਵਿੱਚ। ਪਰਮਿਸ਼ਨ ਦੇ ਦਿੰਦੇ ਸਕੂਲ ਵਾਲੇ? ਹਾਂਜੀ ਹਾਂਜੀ। ਵਧੀਆ ਬਣੀ ਹੁੰਦੀ ਸਾਡੀ। ਇਹ ਬਾਈ ਦਾ ਸਕੂਲ ਆ ਜੀ ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ। ਇੱਥੇ ਟੀਚਰ ਟੂਚਰ ਬਦਲ ਗਏ ਨੇ ਤੁਹਾਨੂੰ ਅੰਦਰ ਕਿਹੜਾ ਲਵਾ ਕੇ ਪਾਰਕਾਂ ਦੇ ਨਾਲ ਸਾਡੇ ਸਾਈਕਲ ਚਲਾਉਂਦੇ ਹੁੰਦੇ ਸੀ ਸਾਰਿਆਂ ਦੇ। ਅੱਛਾ ਪਾਰਕਿੰਗ ਏਰੀਆ ਸਾਰਾ? ਇਹ ਪਾਰਕਿੰਗ ਏਰੀਆ ਆਹ ਨਵਾਂ ਬਣ ਗਿਆ ਕੁਛ ਸਿਸਟਮ। ਇੱਥੇ ਸਾਡੀ ਕਲਾਸ ਹੁੰਦੀ ਸੀ ਅਤੇ ਉਹ ਪ੍ਰਿੰਸੀਪਲ ਦਾ ਆਫਿਸ। ਸਕੂਲ ਦੀਆਂ ਯਾਦਾਂ ਨਹੀਂ ਦੁਬਾਰਾ ਰਿਪੀਟ ਹੋ ਸਕਦੀਆਂ। ਸਾਰੇ ਨਹੀਂ ਖਾਧੀ ਹੈ ਯਾਰ। ਇੱਥੇ ਹੁੰਦਾ ਸਮੋਸਿਆਂ ਵਾਲਾ ਠੇਲਾ ਜਿਹਾ ਆਹ ਕੰਧ ਦੇ ਉੱਤੋਂ ਅਸੀਂ ਫੜ ਲੈਣੇ। ਰੁਪਈਏ ਵਾਲਾ? 1 ਰੁਪਈਏ ਦਾ ਇੱਕ ਸਮੋਸਾ ਹੁੰਦਾ ਜਦੋਂ। ਹੁਣ ਹਿੰਮਤ ਵੀਰਾ ਸਾਨੂੰ ਲੈ ਗਿਆ ਇੱਧਰ। ਨਹਿਰ ਵਗਦੀ ਆ ਇੱਥੇ ਖੜ ਕੇ ਸਮੋਸੇ ਵਾਲੇ ਪਿੱਛੋਂ ਪੈਕ ਕਰਾ ਲਏ ਸੀ ਉਹ ਖਾਂਦੇ ਹਾਂ। ਆਹ ਸਾਹਮਣੇ ਇਹ ਜਿਹੜੀ ਮੈਂ ਲੈਬੋਰੇਟਰੀ ਦੀ ਗੱਲ ਕਰਦਾ ਸੀ ਨਾ। ਠੀਕ ਹੈ ਠੀਕ ਹੈ। ਇੱਥੇ ਬੀਜ ਬੂ ਬਣਾਉਂਦੇ ਰਹਿੰਦੇ ਆ ਮੀਂਹ ਕਰਕੇ। ਕਰਦੇ ਵੀ ਹੋਣਗੇ ਇੱਥੇ ਤੁਸੀਂ ਕਿ ਨਹੀਂ? ਵੈਸੇ ਨਾ ਤਾਂ ਨਹੀਂ ਬਣਾਇਆ। ਮੀਂਹ ਕਰਕੇ ਕਿੰਨਾ ਹੈ ਕਲੀਅਰ ਜਿਹਾ ਹੋ ਗਿਆ ਸਭ ਕੁਛ। ਇੱਧਰ ਸਮੋਸੇ ਆ ਗਏ ਨਾਲ ਕੋਕ ਖਾਓ ਚਟਨੀ ਚੁਟਨੀ। ਵਧੀਆ ਨਾਲੇ ਹੁਣ ਇੱਥੇ ਨਹਿਰ ਤੇ ਥੋੜ੍ਹੀ ਦੇਰ ਸਮੋਸੇ ਸਮੋਸੇ ਖਾ ਕੇ ਗੱਲਾਂ ਬਾਤਾਂ ਕਰਕੇ ਹੁਣ ਚੱਲੇ ਵਾਪਸ ਬਾਈ ਦੇ ਘਰ। ਅਤੇ ਫਿਰ ਅਸੀਂ ਨਿਕਲਣਾ ਯਾਰ ਵਾਪਸ ਬਿਲਾਸਪੁਰ ਵੱਲ ਨੂੰ। ਵਧੀਆ ਜੀ ਲੱਗ ਰਿਹਾ ਅੱਜ। ਆਹ ਕਿਹੜਾ ਪਿੰਡ ਹੈ? ਮੁੜੀਆ? ਇਹ ਨਹੀਂ ਨਹੀਂ ਮੁੜੀਆ ਹੀ ਮੁੜੀਆ ਦੇ ਨਾਲ ਕੰਚਨਪੁਰ ਨਾਲ ਚਲਾ ਗਿਆ। ਆਪਣਾ ਕਿੱਥੇ ਹੀ ਆ ਰਿਹਾ ਆਪਣਾ ਘਰ ਆ ਰਿਹਾ ਆਪਣਾ ਘਰ। ਬਿਲਕੁਲ ਤੁਹਾਡੇ ਉੱਪਰ ਚੰਗਾ ਵੀ ਮੁੰਡਿਓ ਓਕੇ ਠੀਕ ਹੈ ਭਈਆ। ਤੁਸੀਂ ਇੱਥੇ ਰਹਿਣਾ ਵਾ? ਅੱਛਾ ਲੱਗਾ ਭਈਆ ਐਸੇ ਯਾਦ ਤੇਰਾ ਭਈਆ। ਚੰਗਾ ਬਈ ਸਮੋਸੇ ਖਿਲਾਂਗਾ ਤੁਹਾਨੂੰ।
ਠੀਕ ਹੈ ਵੀਰੇ ਠੀਕ ਹੈ ਜੀ ਧਿਆਨ ਨਾਲ ਜਾਇਓ ਬਾ ਪਹੁੰਚਣਾ ਹੀ ਕਿੰਨਾ ਟਾਈਮ ਹੋਇਆ ਵਾ 6 ਵਜ ਗਏ ਆ 1 ਘੰਟਾ ਸਵਾ ਘੰਟਾ ਲੱਗਣਾ ਹਾਂ ਕਿੱਥੇ ਜਾਣਾ ਤੈਨੂੰ ਅਸੀਂ ਸਿੱਧਾ ਹੀ ਬਿਲਾਸਪੁਰ 2 ਘੰਟੇ ਨਹੀਂ ਨਹੀਂ 3 ਤੇ 2 ਗਏ 5 ਘੰਟੇ ਨਹੀਂ 5 ਘੰਟੇ ਬਿਲਾਸ ਕੀ ਗੱਲਾਂ ਕਰ ਤੁਹਾਨੂੰ ਯਾਰ ਪੀਲੀ ਵੀ ਸਾਨੂੰ 2.5 ਘੰਟੇ ਲੱਗ ਗਏ ਸੀ ਪੀਲੀ ਵੀ ਤੋਂ ਹੁਣ ਇੱਥੋਂ ਸਿੱਧੇ ਲੋਕੇਸ਼ਨ ਪਾਵਾਂਗੇ ਨਾ ਨਹੀਂ ਦਾ ਉਹ ਦੂਜਾ ਵਾਲਾ ਦਾ ਬਰੇਲੀ ਸਾਈਡ ਤੇ ਲੱਗੇ ਬਰੇਲੀ ਤੇ ਨਹੀਂ ਜਾਣਾ ਨਾ 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 ਬਰੇਲੀ ਨਹੀਂ ਜਾਣਾ ਮੈਪ ਤੇ ਕੀ ਪਾਉਣਾ ਯਾਰ ਬੱਚਿਆਂ ਨੇ ਆ ਇਹੋ ਗੋਲੇ ਨੂੰ ਗੋਲੇ ਸਿੱਧਾ ਪੀਲੀ ਵੀ ਹਾਂ ਉਹੀ ਹੈ ਠੀਕ ਆ ਪੀਲੀ ਵੀ ਤੋਂ ਅੰਦਰ ਨਹੀਂ ਜਾਣਾ ਤੇ ਜਿਹੜਾ ਹਾਈਵੇ ਸਿੱਧਾ ਅੱਗੇ ਉਹ ਨਦੀ ਜੀ ਲੰਘ ਕੇ ਉੱਥੋਂ ਬਸ ਭਾਵੇਂ ਰਾਈਟ ਹੋ ਜਾਓ ਜਾਂ ਥੋੜਾ ਜਿਹਾ ਖੱਬੇ ਮੁੜ ਕੇ ਨਵਾਂ ਰਾਹ ਬਣਿਆ ਰੁਦਰਪੁਰ ਬਿਲਾਸਪੁਰ ਸਿੱਧਾ ਯਾਰ ਬੱਚੋਂ ਵਾਲੀ ਬਾਤ ਕਰ ਰਹੇ ਹੋ 2.5 ਘੰਟੇ ਦਾ ਰਸਤਾ ਹੈ ਬਾਬੂ ਭਈਆ ਬਤਾ ਰਹੇ 4 ਘੰਟੇ ਲਗੇ ਚਲੋ ਛੇਤੀ ਪਹੁੰਚ ਜਾਾਂਗੇ ਜੇ ਕੋਈ ਲੱਗਿਆ ਪੀਲੀ ਪੀ ਲਾ ਕੇ ਫੋਨ ਕਰ ਲਿਓ ਚਲੋ ਫੋਨ ਕਰਾਂਗੇ ਠੀਕ ਹੈ ਚਲੋ ਠੀਕ ਹੈ ਮਿਲਦੇ ਆ ਚੰਗਾ ਜੀ ਧਿਆਨ ਰੱਖੋ ਇੱਧਰ ਜਾਣਾ ਨਾ ਯੈਸ वापस पहुंच चुके हैं जी बिलासपुर यार 4 घंटे का सफ़र ही हिम्मत भाई के घर तो 4-4.5 घंटे सानू वापसी होने लग गए टाइम काफ़ी हो गया वा तो काफ़ी वधिया लगे यार भाई के घर जाके भाई ने बड़े वधिया तरीके ट्रीट किया रोटी पानी खाधा घूमे फिरे हैं तो पिछले तो व्लॉग से देख लिया वा तो होप कर दें कि तुम्हें व्लॉग देख के वधिया लगा हो जाए वधिया लगा तो लाइक कमेंट शेयर भी करो तो मिलते तुम इस तरह किसी अगले व्लॉग टिल दैन बाय बाय टेक केयर रब रखा।